ਸ਼ਾਸਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ। ਗੱਲ ਕਰਾਂਗੇ ਜੀ ਪੰਜਾਬ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਤੇ ਅਹਿਮ ਖਬਰਾਂ ਦੇ ਵਿਸ਼ੇਸ ਬੁਲੇਟਿਨ ਬਾਰੇ। ਪਰ ਸਭ ਤੋਂ ਪਹਿਲਾਂ ਚੈਨਲ ਸਟੱਡੀਅਨ ਜੋਬ ਅਲਰਟਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੀ ਆ। ਪਹਿਲੀ ਵੱਡੀ ਖਬਰ ਦੋਸਤੋ, ਸਾਗਰ ਦੀ ਬਾਉਟੀ ਨੂੰ ਮਿਲੀ ਫਰੀਦਕੋਟ ਤੋਂ ਟਿਕਟ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਵਿੱਚ ਹੁਣ ਨਹੀਂ ਹੋਣਗੇ ਆਈਲਟਸ ਵਾਲੇ ਵਿਆਹ। ਅਗਲੀ ਖਬਰ ਦੋਸਤੋ, ਪੰਜਾਬ ਸਕੂਲਾਂ ਬਾਰੇ ਆ ਚੁੱਕੀ ਆ। PSEB ਨੇ ਮੁੜ ਤੋਂ ਬਦਲਿਆ ਪੰਜਾਬ ਸਕੂਲਾਂ ਦਾ ਸਮਾਂ। ਹੁਣ 9 ਵਜੇ ਲੱਗਿਆ ਕਰਨਗੇ ਤੇ 9 ਵਜੇ ਹੋਇਆ ਕਰੇਗੀ ਛੁੱਟੀ। ਤਾਂ ਤੁਹਾਨੂੰ ਸਾਰੀ ਖਬਰਾਂ ਬਾਰੇ ਵੀਡੀਓ ਚ ਅੱਗੇ ਪੂਰੀ ਜਾਣਕਾਰੀ ਦਿੰਦੇ ਆ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵਧਦੀਆਂ ਪਹਿਲੀ ਵੱਡੀ ਖਬਰ ਦੇ ਵੱਲ। ਪਹਿਲੀ ਵੱਡੀ ਖਬਰ ਦੋਸਤੋ, ਸਿੱਧੂ ਮੂਸੇਵਾਲ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਖਬਰ ਹੈ। ਸਿੱਧੂ ਮੂਸੇਵਾਲ ਦੇ ਪਰਿਵਾਰ ਤੇ ਨਹੀਂ ਲਾਗੂ ਹੋਵੇਗਾ ਭਾਰਤੀ ਕਾਨੂੰਨ। ਚਾਚੇ ਨੇ ਦਿੱਤੀ ਜਾਣਕਾਰੀ, IVF ਰਾਹੀਂ ਵਿਦੇਸ਼ ਵਿੱਚ ਪ੍ਰੈਗਨੈਂਟ ਹੋਈ ਸੀ ਚਰਨ ਕੌਰ। ਜੀ ਹਾਂ ਦੋਸਤੋ, ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲ ਦੇ ਕਤਲ ਦੇ ਦੁੱਖ ਤੋਂ ਬਾਅਦ ਉਸਦੇ ਪਰਿਵਾਰ ਦੇ ਵਿੱਚ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤਾਈਆਂ ਨੇ। ਸਿੱਧੂ ਮੂਸੇਵਾਲ ਦੀ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਇੱਕ ਵਾਰ ਫਿਰ ਤੋਂ ਮਾਤਾ ਪਿਤਾ ਬਣੇ ਨੇ। ਮੂਸੇਵਾਲ ਦੀ ਮਾਤਾ ਚਰਨ ਕੌਰ ਜੀ ਨੇ IVF ਤਕਨੀਕ ਦੇ ਰਾਹੀਂ 17 ਮਾਰਚ ਨੂੰ ਬੱਚੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਬੱਚੇ ਦੇ ਜਨਮ ਤੋਂ ਬਾਅਦ ਹੀ ਮੂਸੇਵਾਲਾ ਪਰਿਵਾਰ ਨੂੰ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੀ ਦਿਨੀ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਏ ਸਨ ਕਿ ਪ੍ਰਸ਼ਾਸਨ ਉਹਨਾਂ ਨੂੰ IVF ਰਿਪੋਰਟ ਅਤੇ ਬੱਚੇ ਦੇ ਹੋਰ ਦਸਤਾਵੇਜ਼ਾਂ ਦੀ ਰਿਪੋਰਟ ਮੰਗ ਕੇ ਪਰੇਸ਼ਾਨ ਕਰ ਰਿਹਾ ਹੈ। ਤੁਹਾਨੂੰ ਦੱਸੀਏ ਕਿ ਭਾਰਤ ਦੇ ਵਿੱਚ IVF ਰਾਹੀਂ ਜਨਮ ਦੇਣ ਨੂੰ ਲੈ ਕੇ ਕਈ ਨਿਯਮ ਹਨ ਜਿਸ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਮਾਤਾ ਚਰਨ ਕੌਰ ਨੇ ਜਿਸ IVF ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਕਿ ਉਹ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਹਾਲਾਂਕਿ ਹੁਣ ਸਿੱਧੂ ਮੂਸੇਵਾਲ ਦੇ ਚਾਚਾ ਚਮਕੌਰ ਸਿੰਘ ਨੇ ਇੱਕ ਵਾਰ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਨੇ ਇਸ ਤਕਨੀਕ ਦਾ ਇਸਤੇਮਾਲ ਵਿਦੇਸ਼ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ 3 ਮਹੀਨੇ ਵਿਦੇਸ਼ ਦੇ ਵਿੱਚ ਪ੍ਰਕਿਰਿਆ ਚੱਲੀ ਸੀ ਅਤੇ ਵਿਦੇਸ਼ ਤੋਂ ਭਾਰਤ ਆਉਣ ਤੋਂ ਬਾਅਦ ਉਹਨਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਖੁਦ ਨੂੰ ਰਜਿਸਟਰਡ ਵੀ ਕਰਵਾਇਆ ਸੀ। ਅਗਲੀ ਵੱਡੀ ਖਬਰ ਦੋਸਤੋ, ਪੰਜਾਬ ਦੇ ਵਿੱਚ ਹੁਣ ਨਹੀਂ ਹੋਣਗੇ ਆਈਲੈਟਸ ਵਾਲੇ ਵਿਆਹ। ਜੀ ਹਾਂ ਪਿਆਰੇ ਦਰਸ਼ਕੋ, ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪਾਊਸ ਵੀਜ਼ਾ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਜੀ ਹਾਂ, ਨਵਾਂ ਨਿਯਮ 19 ਮਾਰਚ ਤੋਂ ਲਾਗੂ ਹੋ ਚੁੱਕਿਆ ਹੈ ਅਤੇ ਸਿਰਫ ਮਾਸਟਰਸ ਜਾਂ PhD ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦ ਸਕਣਗੇ। ਅੰਡਰ ਗ੍ਰੈਜੂਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਵੀ ਸਪਾਊਸਲ ਓਪਨ ਵਰਕ ਪਰਮਿਟ ਦਾ ਹੱਕ ਦਿੱਤਾ ਗਿਆ ਹੈ। ਡਾਕਟਰੀ, ਫਾਰਮੈਸੀ, ਨਰਸਿੰਗ ਅਤੇ BEd ਕੋਰਸ ਤੱਕ ਹੀ ਸੀਮਿਤ ਹੋਣਗੇ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ 22 ਜਨਵਰੀ ਨੂੰ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਉਣਾ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਜ਼ਿਆਦਾਤਰ ਵਿਦਿਆਰਥੀਆਂ ਵਾਸਤੇ ਸਪਾਊਸਲ ਓਪਨ ਵਰਕ ਪਰਮਿਟ ਦੀ ਸਹੂਲਤ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ, ਜੋ ਹੁਣ ਲਾਗੂ ਹੋ ਗਿਆ ਹੈ। ਭਵਿੱਖ ਦੇ ਵਿੱਚ ਸਪਾਊਸਲ ਵੀਜ਼ਾ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਦੇ ਦਾਖਲੇ ਦਾ ਸਬੂਤ ਅਤੇ ਰਿਸ਼ਤੇ ਦਾ ਸਬੂਤ ਲਾਜ਼ਮੀ ਤੌਰ 'ਤੇ ਪੇਸ਼ ਕਰਨਾ ਹੋਵੇਗਾ। ਅਗਲੀ ਖਬਰ, ਅਗਲੀ ਵੱਡੀ ਖਬਰ ਦੋਸਤੋ, ਬਿੱਗ ਬ੍ਰੇਕਿੰਗ ਨਿਊਜ਼ ਦੋਸਤੋ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ। ਜੀ ਹਾਂ ਦੋਸਤੋ, ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ। ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਵਿੱਚ ਗ੍ਰਿਫਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ED ਦੀ ਟੀਮ ਦੇਰ ਸ਼ਾਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਸੀ। ਇਸੇ ਦੌਰਾਨ ਪੁਲਿਸ ਨੇ ਕਿਸੇ ਨੂੰ ਵੀ ਮੁੱਖ ਮੰਤਰੀ ਨਿਵਾਸ ਦੇ ਅੰਦਰ ਨਹੀਂ ਜਾਣ ਦਿੱਤਾ।
ईडी ने अरविंद केजरीवाल तो कई घंटे पूछगिछ करन तो बाद गिरफ्तार कर लिया। मुख मंत्री निवास के आले दुआले सुरक्षा के वड्डे प्रबंध किए गए सन। धारा 144 लागू की गई सी। दिल्ली पुलिस के जवानों ने नाल RAF भी मौजूद है। जिक्रयोग है कि इस तो पहला इनफोर्समेंट डायरेक्टोरेट यानी कि ईडी ने केजरीवाल को 9 समन भेजे ने, पर केजरीवाल पेश नहीं हुए सन। जिमें ही ईडी अरविंद केजरीवाल के घर पहुंची तो वड्डी गिनती में आप दे विधायक इकट्ठे हो गए। हालांकि किसी विधायक को पुलिस ने अंदर नहीं जान दिता। आप विधायक ने इसका विरोध भी किया, भाजपा खिलाफ नारेबाजी की। अगली वड्डी खबर दोस्तों, पंजाब स्कूलों बारे आ चुकी है। पंजाब सिक्ख्या विभाग का वड्डा एक्शन। बरनाला दे विच 26 निजी स्कूलों की मानता की रद्द, जाणो वड्डे कारण। जी हाँ दोस्तों, पंजाब के सिक्ख्या विभाग के वलों बरनाला जिले अंदर निजी स्कूलों खिलाफ वड्डा एक्शन किया गया है, लिया गया है। दफ्तर जिला सिक्ख्या अफसर बरनाला के वलों जारी किए गए हुक्मों ते जिला बरनाला अंदर 26 निजी स्कूलों की मानता रद्द की गई है। मिली जानकारी मुताबक इन्हों स्कूलों के विरुद्ध साल 2023-24 के बिल्डिंग सेफ्टी, फायर सेफ्टी और पानी की रिपोर्ट पेश ना करने के चलदिया कार्रवाई की गई है। जानकारी मुताबक स्कूलों को यह सर्टिफिकेट 24 फरवरी तक जमा करवाने की हिदायत की गई थी, पर स्कूलों वालों यह सर्टिफिकेट जमा नहीं करवाया गया, जिस कारण RTA एक्ट 2009 के सैक्शन 18-3 अनुसार दफ्तर जिला सिक्ख्या अफसर बरनाला के वलों इन्हों स्कूलों की मानता रद्द की गई है। अगली वड्डी खबर दोस्तों, पंजाब के वकीलों ने सागर की बहुटी को फरीदकोट तो टिकट देने की मंग। जी हाँ दोस्तों, भाजपा लीगल सैल की मीटिंग जिला कन्वीनर एडवोकेट प्रदीप भारती की प्रधानगी हेठ हुई है, जिस विच आने वाली लोग सभा चोणों बारे विचार वटांदरा किया गया। मीटिंग दे विच लीगल सैल ने भाजपा लई फरीदकोट सीट जितने लई सख्त मेहनत करन ते जोर दिता। जिला कन्वीनर एडवोकेट प्रदीप भारती ने कहा कि लीगल सैल पार्टी नाल मोढ़े नाल मोढ़ा जोड़ के काम करेगा ते लोड़ पैण ते हर तरह की कानूनी मदद भी प्रदान करवाएगा। उन्होंने कहा कि केंद्र विच आउण वाली सरकार यकीनी तौर पर भाजपा की ही बनेगी ते सानू अपने इलाके ते सूबे के विकास लई भाजपा के उम्मीदवारों नू चुनना चाहिए है। उन्होंने कहा कि सियासी पार्टियां जई लोगों को मैदान के उतार दें जो होरना खेतर में माहर होंगे ने, जनता उन्होंने भारी बहुमत न जिताउंदी है, पर वह जनता दे नाल कीते वादियां ते पूरा नहीं उतरदियां क्योंकि उन्होंने राजनीति नाल कोई लेना देना नहीं हुंदा। इस तरह की स्थिति से चर्चा करदियां दे माहौल नूं देखदे हुए भाजपा लीगल सैल ने मीटिंग दौरान पार्टी हाईकमान तो मांग की है कि इन्हीं दिनी सूबे के मशहूर चेहरे और गायक सागर की बहुटी यानी कि सरनजीत शम्मी को फरीदकोट सीट तो चोण मैदान में उतारिया जाए। उन्होंने कहा कि जेकर भाजपा फरीदकोट तो सीट जितना चाहती तो वह फरीदकोट तो मशहूर पर सधारण परिवार के मैंबर सरनजीत शम्मी यानी कि सागर की बहुटी मैदान में उतार सकती है। इस मौके लीगल सैल के दो कन्वीनर एडवोकेट यज्ञा दत्त गोयल, एडवोकेट वरिंदर गर्ग, गोपाल कृष्ण बांसल, राहुल कांसल चित्तौल गर्ग, मोहित कंबोज, जगत सिंगला, सुरेंद्र किरात आदि हाजिर सन। अगली खबर दोस्तों, पंजाब स्कूलों बारे आ चुकी है। स्कूल ऑफ एमिनेंस विच दाखले लई 24,002 सीटां होणगियां, 30 मार्च नूं होवेगी प्रीख्या। जी हाँ दोस्तों, पंजाब सरकार दे वलों सूबे भर में स्थापित किए गए 118 स्कूलों
ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ। 9ਵੀਂ ਜਮਾਤ ਲਈ ਕਰੀਬ 90,000 ਵਿਦਿਆਰਥੀਆਂ ਨੇ ਅਤੇ 11ਵੀਂ ਜਮਾਤ ਲਈ 1,10,000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਾਰ ਦੋਵਾਂ ਵਰਗਾਂ ਲਈ 24,002 ਸੀਟਾਂ ਹੋਣਗੀਆਂ। ਪਿਛਲੇ ਸਾਲ 1,02,784 ਵਿਦਿਆਰਥੀ ਰਜਿਸਟਰਡ ਹੋਏ ਸਨ। ਇਸ ਵਾਰ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ ਹੋਵੇਗੀ। ਪ੍ਰੀਖਿਆ 30 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਸਿੱਖਿਆ ਵਿਭਾਗ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਕੂਲ ਆਫ ਐਮੀਨੈਂਸ ਦੀਆਂ 75% ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ, ਜਦਕਿ 25% ਸੀਟਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਹੋਣਗੀਆਂ। ਜੇਕਰ ਪ੍ਰਾਈਵੇਟ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸੀਟਾਂ ਖਾਲੀ ਰਹਿੰਦੀਆਂ ਨੇ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਮੌਕਾ ਦਿੱਤਾ ਜਾਵੇਗਾ। ਅਗਲੀ ਖਬਰ ਦੋਸਤੋ ਪੰਜਾਬ ਸਕੂਲਾਂ ਬਾਰੇ ਆ। ਪੰਜਾਬ ਦੇ ਸਕੂਲਾਂ ਵੱਲੋਂ ਨਵੇਂ ਸੈਸ਼ਨ ਦੀ ਤਿਆਰੀ 1 ਅਪ੍ਰੈਲ ਤੋਂ ਬਦਲੇਗਾ। ਸਕੂਲਾਂ ਦਾ ਸਮਾਂ ਜਾਣੋ ਪੂਰਾ ਵੇਰਵਾ। ਜੀ ਹਾਂ ਪਿਆਰੇ ਦਰਸ਼ਕੋ, ਇਸ ਵਾਰ ਪੰਜਾਬ ਦੇ ਸਕੂਲਾਂ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਲਈ ਸਿੱਖਿਆ ਵਿਭਾਗ ਨੇ ਸਖ਼ਤ ਪ੍ਰਬੰਧ ਕੀਤੇ ਨੇ। ਸਕੂਲਾਂ ਵਿੱਚ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਲਈ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਕੰਮ ਅੰਤਿਮ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ 28 ਮਾਰਚ ਨੂੰ ਸੂਬੇ ਦੇ 19,000 ਸਕੂਲਾਂ ਵਿੱਚ ਮੈਗਾ PTM ਹੋਵੇਗੀ। ਇਸ ਤੋਂ ਇਲਾਵਾ ਦੋਸਤੋ ਸਿੱਖਿਆ ਵਿਭਾਗ ਦੇ ਮੁਤਾਬਕ 1 ਅਪ੍ਰੈਲ 2024 ਤੋਂ ਸਕੂਲਾਂ ਦਾ ਸਮਾਂ ਬਈ ਬਦਲ ਜਾਵੇਗਾ। ਸਿੱਖਿਆ ਵਿਭਾਗ ਦੇ ਅਕਾਦਮਿਕ ਕੈਲੰਡਰ ਅਨੁਸਾਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਵੀ 8 ਤੋਂ 2 ਵਜੇ ਤੱਕ ਦਾ ਹੋਵੇਗਾ। ਸਤੰਬਰ ਮਹੀਨੇ ਤੱਕ ਇਹ ਸਥਿਤੀ ਬਣੀ ਰਹੇਗੀ। ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ 8 ਵਜੇ ਤੋਂ ਲੈ ਕੇ 2:30 ਵਜੇ ਤੱਕ ਸੀ, ਜਦਕਿ ਗਰੁੱਪ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ 2:50 ਤੱਕ ਸੀ।